ਸਤਿ ਸ੍ਰੀ ਅਕਾਲ। ਪਿਛਲੀ ਕੜੀ ਦੇ ਵਿੱਚ ਦੋਸਤੋ ਮੈਂ ਕੁਛ ਰਾਜਯੋਗ ਦੇ ਉੱਤੇ ਪ੍ਰਕਾਸ਼ ਜ਼ਰੂਰ ਪਾਇਆ, ਪਰ ਉਸ ਤੋਂ ਪਹਿਲਾਂ ਅਸੀਂ ਇਹ ਸਮਝਣਾ, ਜਦੋਂ ਵੀ ਕੋਈ ਮਾਤਾ ਦਾਲ ਸਬਜ਼ੀ ਬਣਾਉਂਦੀ ਹੈ ਪਹਿਲਾਂ ਉਹ ਦੇਖਦੀ ਹੈ ਕਿ ਇਸ ਸਬਜ਼ੀ ਨੂੰ ਬਣਾਉਣ ਵਾਸਤੇ ਕਿੰਨੀਆਂ ਚੀਜ਼ਾਂ ਦੀ ਲੋੜ ਹੈ, ਫਿਰ ਉਹ ਉਸਦਾ ਮਿਸ਼ਰਣ ਕਰ ਦਿੰਦੀ ਹੈ ਤਾਂ ਉਹ ਤਿਆਰ ਹੋ ਜਾਂਦੀ ਹੈ। ਤਾਂ ਆਪਾਂ ਵੀ ਰਾਜਯੋਗ ਤਾਂ ਰਾਜਯੋਗ ਕਰਦੇ ਹਾਂ, ਮਗਰ ਰਾਜਯੋਗਾ ਇਜ਼ ਦਾ ਕੀ ਟੂ ਪੋਜ਼ਿਟਿਵ ਹੈਲਥ, ਕਿ ਰਾਜਯੋਗ ਇੱਕ ਇਸ ਤਰ੍ਹਾਂ ਦੀ ਮਹੱਤਵਪੂਰਨ ਵਿਧੀ ਹੈ ਜਿਸ ਦੁਆਰਾ ਆਤਮਿਕ ਸਿੱਧੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਜ ਸਾਡੇ ਵਿਚਾਰਾਂ ਵਿੱਚ ਸਿੱਧੀ ਨਹੀਂ ਰਹੀ, ਸਾਡੇ ਗੁਰੂਆਂ ਦੇ ਸ਼ਬਦਾਂ ਵਿੱਚ ਸਿੱਧੀ ਸੀ, ਕਿਉਂਕਿ ਉਹ ਆਤਮਾ ਡਾਇਰੈਕਟ ਈਸ਼ਵਰ ਪਿਤਾ ਦੀ ਸ਼ਕਤੀ ਲੈ ਕਰਕੇ ਉਤਰੀਆਂ ਸੀ, ਲੋਕ ਉਹਨਾਂ ਤੋਂ ਵਰਦਾਨ ਲੈਣ ਵਾਸਤੇ ਜਾਂਦੇ ਸੀ, ਜਿਉਂ ਜਿਉਂ ਥੱਲੇ ਆਉਂਦੇ ਜਾਏ ਉਹਨਾਂ ਦੀ ਸ਼ਕਤੀ ਵੀ ਕਮਜ਼ੋਰ ਹੁੰਦੀ ਗਈ। ਜਿਹੜੀ ਸ਼ਕਤੀ ਬਾਬਾ ਨਾਨਕ ਜੀ ਦੇ ਵਿੱਚ ਸੀ, ਪਰ ਅੱਜ ਦੀ ਸ਼ਕਤੀ ਜਿਹੜੀ ਗੁਰੂਆਂ ਵਿੱਚ ਹੈ, ਉਹਨਾਂ ਨੇ ਤਾਂ ਬਹੁਤ ਚਮਤਕਾਰ ਦਿਖਾਏ, ਆਪਾਂ ਉਸਨੂੰ ਯਾਦ ਕਰਦੇ ਹਾਂ। ਉਹਨਾਂ ਨੂੰ ਅਗਰ ਕੋਈ ਕਿਸੇ ਕਿਸਮ ਦਾ ਕਸ਼ਟ ਵੀ ਦਿੱਤਾ ਗਿਆ ਤਾਂ ਈਸ਼ਵਰ ਨੇ ਉਹਨਾਂ ਨੂੰ ਉਹ ਕਸ਼ਟ ਦੇਣ ਨਹੀਂ ਦਿੱਤਾ, ਆਟੋਮੈਟਿਕ ਹੀ ਉਹ ਚੀਜ਼ਾਂ ਚੱਲਣੀਆਂ ਸ਼ੁਰੂ ਹੋ। ਅੱਜ ਵੀ ਆਪਾਂ ਦੇਖਦੇ ਹਾਂ ਜੋ ਆਪਾਂ ਗੁਜ਼ਾਰਾ ਕਰ ਰਹੇ ਹਾਂ ਉਹ ਉਹਨਾਂ ਦਾ ਤਪ ਸੀ। ਇਸ ਤਰ੍ਹਾਂ ਇਹ ਚੀਜ਼ ਹੈ ਕਿ ਅੱਜ ਆਪਾਂ ਸਮਾਜਿਕ ਸਵਾਸਥ ਦੇ ਉੱਤੇ ਗੱਲ ਕਰ ਰਹੇ ਹਾਂ, ਸਮਾਜ ਦੇ ਵਿੱਚ ਇਕਾਈ ਵਿਗੜ ਰਹੀ ਹੈ, ਪਰਿਵਾਰ ਦੇ ਸੰਬੰਧ ਵਿਗੜ ਰਹੇ ਹੈ। ਜਦੋਂ ਆਪਣੇ ਇੱਕ ਛੋਟੇ ਪਰਿਵਾਰ ਦੇ ਸੰਬੰਧਾਂ ਵਿੱਚ ਵੀ ਹਾਰਮੋਨੀ ਨਹੀਂ ਹੈ, ਸੰਤੁਲਨ ਨਹੀਂ ਹੈ, ਤਾਂ ਆਪਾਂ ਦੂਜੇ ਸੰਬੰਧਾਂ ਨਾਲ ਜਿਹਨੂੰ ਅਸੀਂ ਰਿਲੇਸ਼ਨਸ ਕਹਿੰਦੇ ਹਾਂ, ਥਿਓਰੀ ਆਫ ਰਿਲੇਸ਼ਨਸ, ਉਸ ਨੂੰ ਅਸੀਂ ਪੋਜ਼ਿਟਿਵ ਕਿਸ ਤਰ੍ਹਾਂ ਬਣਾ ਸਕਦੇ ਹਾਂ। ਪਹਿਲਾਂ ਇਹ ਚੀਜ਼ਾਂ ਸੀ ਕਿ ਬੱਚਾ ਜਦੋਂ ਛੁੱਟੀਆਂ ਹੁੰਦੀਆਂ ਸੀ ਉਹ ਨਾਨਕੇ ਘਰ ਚਲਾ ਜਾਂਦਾ ਸੀ, ਅੱਜ ਤਾਂ ਉਹ ਚੀਜ਼ਾਂ ਵੀ ਖਤਮ ਹੋ ਗਈਆਂ, ਇੱਕ ਦੂਜੇ ਨਾਲ ਕਮਿਊਨੀਕੇਸ਼ਨ ਘੱਟ ਰਹੇ ਨੇ। ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਕਿ ਰੀਐਲਿਟੀ ਤੋਂ ਅਸੀਂ ਇੱਕ ਕਦਮ ਪਾਸੇ ਹਟ ਗਏ। ਰੀਐਲਿਟੀ ਹੁੰਦੀ ਹੈ ਸੱਤਿਅਤਾ, ਸੱਤਿਮੇਵ ਜਯਤੇ ਕਹਿਤੇ, ਕਿ ਸੱਚ ਦੀ ਜੈ ਹੈ, ਪਰ ਸਾਡੀਆਂ ਦੋ ਅੱਖਾਂ ਜਿਹੜੀਆਂ ਨੇ ਉਹ ਸੱਚ ਨੂੰ ਨਹੀਂ ਪਰਖ ਸਕਦੀ, ਕਿਉਂਕਿ ਇਹ ਸਰੀਰ ਦੇ ਨਾਲ ਹੀ ਜਨਮ ਲੈਂਦੀਆਂ ਹਨ ਔਰ ਸਰੀਰ ਨਾਲ ਹੀ ਖਤਮ ਹੋ ਜਾਂਦੀਆਂ। ਤਾਂ ਫਿਰ ਸੱਤਤਾ ਦਾ ਕੌਣ ਸਮਝੇ। ਔਰ ਦੂਸਰੀ ਸ਼ਕਤੀ ਹੈ ਮਨ ਦੀ ਸ਼ਕਤੀ, ਇਹਨੂੰ ਅਸੀਂ ਥਿਓਰੀ ਆਫ ਰਿਲੇਸ਼ਨਸ ਕਹਿੰਦੇ ਹਾਂ, ਕਿ ਇਹਦੇ ਨਾਲ ਸਾਡੇ ਸੰਬੰਧ ਜੁੜੇ ਹੋਏ ਹਨ, ਰਿਲੇਸ਼ਨਸ ਜੁੜੇ ਹੋਏ ਹਨ, ਆਫੀਸ਼ੀਅਲ ਰਿਲੇਸ਼ਨ ਵੀ ਜੁੜੇ ਹੋਏ ਹਨ, ਪ੍ਰੋਫੈਸ਼ਨਲ ਰਿਲੇਸ਼ਨ ਵੀ ਜੁੜੇ ਹੋਏ ਹਨ। ਤਾਂ ਇਹਨੂੰ ਅਸੀਂ ਕਹਿੰਦੇ ਇੱਥੇ ਤੱਕ ਹੀ ਸਮਝ ਸਕਦੇ ਹਾਂ ਕਿ ਮਨ ਇੱਥੇ ਬੈਠਾ ਹੋਇਆ ਇੱਕ ਸੈਕਿੰਡ ਵਿੱਚ ਅਮਰੀਕਾ ਦਾ ਵਿਚਾਰ ਕਰ ਸਕਦਾ ਹੈ, ਉਸਨੂੰ ਕੋਈ ਰਸਤੇ ਦੇ ਵਿੱਚ ਰੁਕਾਵਟ ਨਹੀਂ ਹੈ, ਪਰ ਰੀਐਲਿਟੀ ਨੂੰ ਉਹ ਵੀ ਨਹੀਂ ਜੋੜ ਸਕਦਾ। ਰੀਐਲਿਟੀ ਕੀ ਹੈ? ਰੀਐਲਿਟੀ ਵੀ ਆਲ ਆਰ ਦਾ ਸਪਿਰਿਚੁਅਲ ਬੀਇੰਗ, ਕਿ ਆਪਾਂ ਸਭ ਕੌਣ ਇੱਕ ਰੂਹਾਨੀ ਆਤਮਾ, ਮਗਰ ਇਹਨੂੰ ਜਾਣਨ ਵਾਸਤੇ ਕਿਹੜੀ ਚੀਜ਼ ਦੀ ਲੋੜ ਹੈ? ਉਹਦੀ ਜ਼ਰੂਰਤ ਹੈ ਕਿ ਰੂਹਾਨੀਅਤ ਨੂੰ ਸਮਝਣ ਵਾਸਤੇ ਸਪਿਰਿਚੁਅਲ ਆਈ ਦੀ ਜ਼ਰੂਰਤ ਹੈ, ਔਰ ਜਿਹੜੀ ਉਸ ਮਾਲਕ ਦੇ ਹੱਥ ਵਿੱਚ। ਇਹ ਦਿਵਯ ਦ੍ਰਿਸ਼ਟੀ ਜਾਂ ਦਿਵਯ ਨੇਤਰ ਜੋ ਦੇਵਤਿਆਂ ਨੂੰ ਅੱਖ ਦੇ ਵਿੱਚ ਦਿਖਾਇਆ ਹੋਇਆ ਹੈ, ਉਹਨਾਂ ਨੂੰ ਤੀਸਰਾ ਨੇਤਰ ਦਿਖਾਇਆ, ਪਰ ਉਹ ਨੇਤਰ ਦੇਵਤਿਆਂ ਦੇ ਤਾਂ ਅੰਦਰ ਹੀ ਹੈ, ਉਹਨਾਂ ਨੂੰ ਤਾਂ ਜਾਗਰਤੀ ਹੈ, ਉਹਨਾਂ ਦੇ ਤਾਂ ਅੱਗੇ
गुणगान करते हैं ता भी कहने हैं सोलह कला संपूर्ण संपूर्ण निर्विकारी अहिंसा परमो धर्म किन्ने आप महिमा करते हैं उन्होंने, पर आप अपने आप नु की कहने उन्होंने कहने की जरूरत ही नहीं है। आप अपने आप नु कहने और अहम करो परमात्मा मेरे अंदर मैं अवगुण हारे कोई गुण ना है, मेरे अंदर कोई वो गुण नहीं है जिहड़ा अच्छा कर्म करा। ता ओहो जिहड़ी शक्ति है ओहो अज मानुष नू जरूरत है, परमात्मा साडा पिता है और ओ तीसरा नेत्र देण वास्ते तैयार है, पर असी लैण वास्ते तैयार नहीं है क्योंकि असी इन्ने कारोबार विच रुझ चुके हैं। आपां शरीर संबंधा विच इन्ने उलझ चुके हैं कि कोई चीज की लिमिट नहीं रही। अगर एक कोई चीज नू देख लईए अज क्रोध किन्ना है अभिमान किन्ना है और लोभ दी तो कोई हद ही नहीं है। किसी नू पूछया गया उन्हें कहा भाई मेरा भविष्य की है, तो ज्योतिषी ने दसिया भी तेनों तो 21 जन्मां दी तो संपत्ति तेरे पास है, इन्ना धन तेरे पास है कि तेरिया 21 कुलां इस नू इस दे उत्ते गुजारा कर सकती। वो कहिंदा फिर भाई भाई मीदा की होएगा। कहने का मतलब यह चीज है कि अज साड़ी कोई लिमिट नहीं है, अज दे टाइम विच संपत्तिवान बहुत हन पर वह मानसिक तौर दे उत्ते दुखी, पेट दियां भी अनेक बीमारियां होने के कारण मूंगी दी दाल दे उत्ते गुजारा करते हैं। जदों असी इंजॉय ही नहीं कर सकते एंटरटेनमेंट ही नहीं कर सकते तो कहने का भाव यह है कि जो असी एंटरटेनमेंट नहीं कर सकते इंजॉय नहीं कर सकते खुशी का जीवन व्यतीत नहीं कर सकते तो फिर साढ़े संबंधों के सुधार किवें आएगा, सोशल हैल्थ किवें मेनटेन होएगी। कम से कम एक परिवार के चार मैंबर प्यार नाल बैठ जा और कोई किसी किस्म की नैगेटिव आदत ना हो, जिन्हों असी ये कहने अडिक्शन, अज अडिक्शन बढ़ रही है दिन प्रतिदिन असं देखते हैं कि उसका रूप विकराल रूप ही हो रहा है, किन्निया मौत हैं इस तरह हो रही हैं जो कि अडिक्शन द्वारा हो रही हैं। इन्हां चीज़ां नूं सामने रखते हुए अपना अपना सोशल हैल्थ नू बरकरार रखने वास्ते दोनों चीज़ों की जरूरत है। अपन 12 घंटे का दिन 12 घंटे की रात और 6 घंटे सौन वास्ते काफ़ी है, बाकी 8 घंटे सानू ऑफिशियल ड्यूटी करने वास्ते काफ़ी है, बाकी कुछ समय बच जाता है उस समय नूं भी असी सफल नहीं करते। मेरा दरअसल फोकस इस दे उत्ते ही है कि अमृत वेले उठ करके सब तो पहला सच्चे सतगुरु नूं याद करिए, अपने गुणां नूं याद करिए, आपां अपने पॉजिटिव विचारां नूं क्रिएट करिए। कदे भी असी ये ना कहिए कि मैं निर्गुण हारे, नहीं मेरे अंदर मैं सर्वशक्तिवान दी संतान हूं, मैं ही मास्टर सर्वशक्तिवान, मेरे अंदर शक्ति स्वरूप है। जब शक्ति स्वरूप दे विच आ जाती है तो चेहरा दबकन लग जाता है, चेहरे विच रोशनी आ जाती है। कि आप नहीं देखिया कि जो नितनाम का पाठ करते हो और मान वृत्ति विच भी रहते हो, मन नूं शक्तिशाली रखते हैं, दान पुन भी करते हैं, जो असी संसार नूं दे रहे हैं और संसार सानू वापस दे रहा है,
एक चीज जो सानू सारे नू समझण दी जरूरत है कि साढ़े दुखां दा ते साढ़े सुखां दा कोई दूजा व्यक्ति जिम्मेवार नहीं है। ये अप्रूव हो चुका है कि जे मैनू दुख है, मैनू कोई कष्ट है, तो मैं उस कष्ट नू दूजे वल उंगली करदा। हरेक बंदा अज अपने दुख नू दूसरे दे सिर मढ़ दिंदा है कि मेरा कारण सिर दर्द दा मेरे वर्कर हन और वर्करां दे दिमाग विच है कि मैनेजमेंट सिस्टम ही इस तरह की है। अज चारों तरफ तो इस तरह की वाइब्रेशन आती है, वो विचार तरंगा कित्थे जांदियां हन, उन्हां नू असीं मन द्वारा परसीव कर लेंदे हाँ, ग्रहण कर लेंदे हाँ। वह ग्रहण कीतियां हुई विचार की तिरंग साड़ी नेचर च प्रवेश हो जाती है। मैं अपनी प्रैक्टिस दे विच देखिया है कि कई जवान वो गोलियां का इन्ना प्रयोग कर लगे कि उस टाइम के उत्ते डायजापन के गोलियां के डब्बे के उत्ते कोई बैन नहीं सी। दस दस गोलियां खा लेनियां मस्त रहना, पर आखिर उन्होंने जवानी विच ही मैं मौत होंदी देखी, क्योंकि उन्होंने इस चीज का नॉलेज नहीं सी, ज्ञान नहीं सी। अज व्यक्ति नू किसी चीज की जरूरत नहीं है, नशे की जरूरत नहीं है, नींद नहीं आ रही। उसका कारण की है, मस्तक जो साड़ा कंट्रोल रूम है, इसके अंदर असी केड़ी याद भरते हाँ, केड़ी मैमरी नू असी फीड करते हाँ, और वो मैमरी साढ़े वाप बार बार साढ़े मन ते आउंदी है। रात नू चार पाई ते तां सौं गए और मैट्रस का गद्दा भी लग्या होया है, पर नींद नहीं आ रही। उसका कारण सिर्फ इको ही है कि सारे दिन की कार्रवाई दे विच जो प्रॉब्लम आईया, जो समस्या आईया, वो रात नू फिर साढ़े मन के परदे ते आउंदियां, जिस तरह साड़ी नींद हराम हो जाती है, नींद नहीं आती है। तो इस विचार नू मैं इत्थे विराम दिंदा होया, इस दे नाल ही कनैक्टड अगली कड़ी विच आपां फिर शुरू करांगे। सत श्री अकाल।